ਦੁਨੀਆਂ ਨੂੰ ਤਾਰਦੇ ਹੋਏ ਮਹਾਰਾਜ ਪਾਕਪਟਨ ਚਲੇ ਗਏ। ਉੱਥੇ ਸ਼ੇਖ ਫਰੀਦ ਦਾ ਪੋਤਰਾ ਚੇਲਾ ਸੀ, ਉਹ ਸ਼ੇਖ ਬ੍ਰਹਮ ਹੈ ਉਹਦਾ ਨਾਮ, ਤੇ ਉਹ ਸ਼ੇਖ ਇਬਰਾਹੀਮ ਵੀ ਕਹਿੰਦੇ ਸੀ ਉਸ ਨੂੰ। ਤੇ ਉਹ ਸਤਿਗੁਰੂ ਮਹਾਰਾਜ ਨੂੰ ਮਿਲਿਆ, ਖੁਦਾ ਦੇ ਮਿਲਣ ਦਾ ਤਰੀਕਾ ਪੁੱਛਿਆ, ਮਹਾਰਾਜ ਬਹੁਤ ਸਤਿਕਾਰ ਨਾਲ ਮਿਲੇ। ਫਿਰ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਇਸ ਸ਼ਬਦ ਦੁਆਰਾ, ਜਿਗਿਆਸੂ ਰੂਪ ਇਸਤਰੀ ਤੇ ਮਹਾਤਮਾ ਰੂਪ ਸਖੀ ਦਾ ਸੰਵਾਦ, ਸਖੀ ਸਖੀ ਸੰਵਾਦ, ਇਹਨੂੰ ਕਥਨ ਕੀਤਾ ਮਹਾਰਾਜ ਨੇ। ਮਹਾਰਾਜ ਕਹਿੰਦੇ ਹਨ